मौसम बदल गया, मेरा बड़ा दिल कर रहा था, हुण वेखो ना भी हुण धुप देने देने हुंदी है, रातां ठंडियां हो गईयां ने। तो मैं सुकून नाल अंदर सुता सी, तुहाडी तीन बेलां आईयां, तो मैं फिर उन्हूं मुलाजम नूं कहा, मैं कहा कुर्सियां रख यार बाहर। यार मैं आप एह गल सोची, मैं कहा बाहर बहण दा मौसम हैगा वा, हुण हौली हौली अगों आपां धुप्पे बैठिया करना, तरतीब चेंज हो गई है, हुण मौसम बदल रहा, बारिश भी हो रही है कल। तो चाय पीनी है कि कोल्ड ड्रिंक? चाय का अपना ही एक मजा, कोल्ड ड्रिंक 10 मिनट आप बैठा, चाह तो आप बोतल से आई तो आ गिलासा च पा ली तो पी ली, एड़ी चाय पीए फिर चाह का कहो। चलो चाय उन्होंने मैं कहना आ कहो उनको दो कप जरा मजेदार जी चाह बनाओ। होर सुनाओ, तीन बनवा ली की? तीन असि दो बंदे हैं भाई, तू ये कौन? बीमार हाँ, बीमार ਅੱਜ ਜਾਓ ਕਿਸੇ ਹਸਪਤਾਲ, ਜਾਓ ਕਿਸੇ ਕੋਈ ਡਿਸਪੈਂਸਰੀ ਦਿਖਾਓ ਕਿਸੇ ਨੂੰ, ਉੱਥੇ ਜਨਰਲ ਹਸਪਤਾਲ ਚਲੇ ਜਾਓ, ਉੱਥੇ ਕਿਸੇ ਨੂੰ ਡਾਕਟਰ ਨੂੰ ਦਿਖਾਓ, ਦਵਾਈ ਦਵੂਈ ਲਵੋ ਕੋਈ। ਹਾਂਜੀ ਕੀ ਗੱਲ ਕੀ ਆ ਭੈਣ? ਹਾਂਜੀ ਇਮਦਾਦ ਕੋਈ ਕਰੋ। ਕੌਣ ਆ ਭਾਈ ਤੂੰ, ਕਾਹਦੀ ਇਮਦਾਦ ਕਰੀਏ? ਕੀ ਲੈਣਾ? ਕੀ ਕੋਈ ਦਵਾਈ ਦਵੂਈ ਲੈਣੀ? गाला कड़न दे की आख्या? बवासीर है? तकलीफ आ उन्हूं मेरा ख्याल, कोई दर्द हुंदी? अच्छा जी आ की है? ओ गाला कड़न दे। ਕਿਹਨੂੰ? ਮੈਨੂੰ ਕਾਹਦੀਆਂ ਗਾਲਾਂ ਕੱਢਣ ਦੇ? ਪਤਾ ਨਹੀਂ, ਮੂੰਹ ਤੇਰੇ ਵਾਲੀ ਕਰਦਾ ਜਦੋਂ ਕੁਛ ਮੂੰਹ 'ਚ ਕਹਿੰਦਾ। ਮੂੰਹ ਜਿੱਧਰ ਮਰਜ਼ੀ ਹੋਵੇ, ਗਾਲ ਨੂੰ ਪਤਾ ਹੁੰਦਾ ਮੈਂ ਕਿੱਥੇ ਜਾਣਾ। ਬਸ ਤੁਹਾਡੇ ਵਾਲੀ ਆਉਣ ਡਈ। ਉਹਦਾ ਸਾਡੇ ਨਾਲ ਭਰਾਵਾ ਕੀ ਆ, ਕਿਹੜੀ ਕੀ ਗੱਲ ਕਰਨ ਦੇ ਆ ਤੂੰ? ਆ ਦੇਖੋ ਕੀ ਹੋਇਆ ਇਹ ਕੀ ਆ? ਇਹ ਨਾ ਆਹੋ ਆ ਦੇ ਰਿਹਾ, ਇੱਥੋਂ ਮੇਰਾ ਕੀ ਲੱਤ ਟੁੱਟ ਗਈ ਨਾ ਇੱਥੋਂ। ਇੱਥੇ ਕਿਹੜੀ ਲੱਤ? ਆ ਤਾਂ ਵਿੱਚ ਸੀਨਾ ਵਾ, ਇਹਲੇ ਐਕਸਰਾ ਕਰਨ ਲੱਗੇ ਆ ਨਾ ਜੀ। ਹਾਂਜੀ ਆ ਜਿਹੜਾ ਮੇਰਾ ਇਹ ਛਾਤੀ ਦਾ ਸੀਗਾ ਨਾ। ਅੱਛਾ ਅਤੇ ਉੱਧਰ ਉਹ ਤਸਵੀਰ ਖਿੱਚਣ ਲੱਗਾ ਐਕਸਰੇ ਵਾਲੀ। ਅੱਛਾ ਉੱਧਰ ਮੇਰੇ ਗੋਡੇ 'ਤੇ ਖਾਜ ਹੋਈ, ਮੈਂ ਇੱਦਾਂ ਕਰਕੇ ਕੀਤਾ ਨਾ ਅਤੇ ਵਿੱਚ ਗੋਡਾ ਆ ਗਿਆ। ਇਹ ਕਿਹੜਾ ਯਾਰ ਆ ਫਿਫਰੇ ਆ ਤੇਰੇ, ਅਤੇ ਗੋਡੇ ਦੇ ਵਿੱਚੋਂ ਤੇਰੀ ਹੱਡੀ ਟੁੱਟ ਗਈ ਆ, ਇਹ ਤੂੰ ਕਿਤੋਂ ਕੋਠੇ ਤੋਂ ਛਾਲ ਮਾਰੀ ਆ ਕਿ ਫਿਫਰੇ ਤੇਰੇ ਗੋਡਿਆਂ 'ਚ ਫਸ ਗਏ? ਹੈਂ ਕਿੱਦਾਂ ਹੋਇਆ? ਨਾਲੇ ਕਿੰਨੇ ਤੇਰੀ ਤਸਵੀਰ ਖਿੱਚੀ ਆ ਗੋਡਾ ਖੁਰਕਦੇ ਆ? ਓਏ ਉਹ ਮਤਲਬ ਕਿ ਉਹ ਮੈਨੂੰ ਕਹਿੰਦਾ ਜੀ ਐਕਸਰੇ ਕਰਨਾ, ਹਾਂ ਤੇ ਉਹ ਕੈਮਰਾ ਲੈ ਕੇ ਬੈਠਾ ਕੈਮਰਾ ਉਧਰੋਂ। ਹਾਂ ਉਹ ਇੰਜ ਮੈਨੂੰ ਕਹਿੰਦਾ ਸਮਾਈਲ ਪਲੀਜ਼, ਮੈਂ ਮਾੜਾ ਜਿਹਾ ਹੱਸਿਆ ਉਧਰ, ਮੈਂ ਇੰਜ ਕੀਤਾ ਤੇ ਇੰਜ ਆ ਗਿਆ ਦੁੱਖ ਦੀ ਲੱਤ ਨੂੰ। ਇੰਜ ਸਮਾਈਲ ਪਲੀਜ਼? ਓਏ ਉਹਦੀ ਗੱਲ ਨਹੀਂ ਮੰਨਣ ਦੇ, ਵੇਖਣ ਦੇ ਆ ਤੂੰ ਉਹ ਕੀ ਜਾਣ ਦੇ ਆ ਕਿ ਮੇਰਾ ਕੈਮਰੇ ਦੇ ਨਾਲ ਫੋਟੋ ਖਿੱਚੀ ਆ ਤੇ ਮੈਂ ਗੋਡਾ ਖੁਰਕਣ ਡਿਆ ਸੀ? ਓਏ ਐਕਸਰਾ ਤੇ ਹੁੰਦਾ ਵਾ ਮਾਮਾ ਸਟੇਚਰ ਤੇ ਲੰਮੇ ਪਾਉਂਦੇ ਅਗਲੇ ਅੰਦਰ ਪਾ ਕੇ, ਉਹ ਵੱਡੀ ਸਾਰੀ ਮਸ਼ੀਨ ਹੁੰਦੀ ਉਹਨੂੰ ਥੱਲੇ ਕਰਦੇ ਆ। ਹਾਂ ਨਹੀਂ ਮੇਰੇ ਕੋਲ ਇੰਨੇ ਪੈਸੇ ਨਹੀਂ ਸੀ ਨਾ। ਤੇ ਤੂੰ ਕੀ ਇਹ ਛੋਟੇ ਕੈਮਰੇ ਨਿੱਕੇ ਕੈਮਰੇ ਤੋਂ ਖਿਚਾ ਲਈ? ਚਲ ਤੇ ਬਾਅਦ ਚ ਫਿਰ ਐਕਸਰਾ ਵੱਡਾ ਕਰਾਇਆ? ਹਾਂਜੀ ਮੈਂ ਆਪ ਆ ਜਿਹੜਾ 8x10 ਦਾ ਕਰਾਇਆ ਇਹ। ਇਹ ਤੇਰੀ ਲੱਤ ਤੇ ਸੱਟ ਕਿੱਦਾਂ ਪਈ ਯਾਰ, ਇਹ ਕੁਝ ਸਮਝ ਨਹੀਂ ਲੱਗ ਰਹੀ ਇਹ। ਆ ਪਾਟੇ ਨੇ ਵਿੱਚ ਪਾ ਲਿਆ। ਆ ਦੇਖੋ ਆ ਕੀ ਆ, ਇਹ ਹੋਰ ਵੀ ਆ ਕੋਈ? ਇਹ ਪਹਿਲੇ ਖਿਚਾਏ? ਆ ਦੇਖੋ ਆ ਨਾ ਮੇਰੇ ਦਿਲ 'ਚ ਸੁਰਾਖ ਆ ਨਾ। ਹੈਂ ਇਹ ਕੀ ਆ? ਓਏ ਆ ਦਿਲ 'ਚ ਸੁਰਾਖ ਆ ਤੇ ਐਕਸਰੇ 'ਚ ਕਿਉਂ ਸੁਰਾਖ ਆ? ਉਸ ਦਿਲ 'ਚ ਹੁੰਦਾ ਫਿਰ, ਜੋ ਦਿਲ 'ਚ ਹੁੰਦਾ ਉਹ ਹੀ ਹੁੰਦਾ ਨਾ ਜੀ ਐਕਸਰੇ 'ਚ। ਐਕਸਰਾ ਇਸੇ ਵਾਸਤੇ ਕਰਾਈਦਾ ਹੁੰਦਾ ਨਾ ਕਿ ਜਿਹੜਾ ਅੰਦਰਲਾ ਰੌਲਾ ਗੋਲਾ ਹੋਵੇ ਨਾ ਉਹ ਸਾਰਾ ਡਾਕਟਰਾਂ ਨੂੰ ਸਮਝ ਆਏ ਵੀ ਹੁਣ ਜੇ ਸੁਰਾਖ ਹੈ ਆ ਤੇ ਸੁਰਾਖ ਐਕਸਰੇ ਵਿੱਚ ਦੇ ਵਿੱਚ ਵੀ ਤਾਂ ਸੁਰਾਖ ਤੇਰੇ ਦਿਲ 'ਚ ਆ? ਹਾਂਜੀ ਹਾਂਜੀ ਦਿਲ ਆ। ਓਏ ਉਹ ਤੇਰਾ ਇੱਧਰ ਆ। ਕਿੱਧਰ? ਸੁਰਾਖ ਇੱਧਰ ਹੋ ਗਿਆ। ਦਿਲ ਕਿੱਥੇ ਇਹਦਾ, ਸੱਜੇ ਪਾਸੇ ਖੱਬੇ ਪਾਸੇ? ਆ ਖੱਬੇ ਪਾਸੇ ਹੀ ਦਿਲ ਹੁੰਦਾ। ਨਹੀਂ ਨਹੀਂ ਮੇਰਾ ਸੱਜੇ ਪਾਸੇ। ਹੈਂ ਕੀ ਪਾਸੇ ਭਾਰ ਸੁੱਤਾ ਸੀ?
ਆ ਬਸ ਉਹ ਹੋ ਜਾਂਦਾ ਵਾਦਾ ਘਾਟਾ ਵਾਦਾ ਘਾਟਾ ਇਹਦੇ ਚ ਕਾਦਾ ਭਾਈ ਇਹ ਮਸ਼ੀਨਾਂ ਇਲੈਕਟ੍ਰੋਨਿਕ ਕੰਮ ਆ ਇਹ ਇਹ ਬਕਾਇਦਾ ਐਕਸਰੇ ਆ ਆ ਕੱਪੜਿਆਂ ਦੇ ਅੰਦਰਲੀ ਤਸਵੀਰ ਖਿੱਚਣੀ ਹੁੰਦੀ ਆ ਇਹ ਇਹਦੇ ਵਿੱਚ ਵਾਦਾ ਘਾਟਾ ਕਾਦਾ ਮੈਂ ਉਹ ਖਾਜ ਕਰਨ ਡਿਆ ਸੀ ਇੱਕ ਦਿਨ ਇਦਾਂ ਅੱਛਾ ਖਾਜ ਤੇ ਉਹ ਨਿਆਣਾ ਖੇਲਦਾ ਖੇਲਦਾ ਨਾ ਮੇਰੇ ਉੱਤੇ ਵੱਜਾ ਅੱਛਾ ਤੇ ਉਂਗਲੀ ਥੋੜੀ ਜਿਹੀ ਅੰਦਰ ਖੁੱਭ ਗਈ ਅੱਛਾ ਤੇ ਉਹ ਤੇਰੀ ਉਂਗਲੀ ਨਾਲ ਹੀ ਤੇਰੇ ਦਿਲ 'ਚ ਮੋਰੀ ਹੋ ਗਈ ਬੜੀ ਗੱਲ ਆ ਤੇਰੀ ਯਾਰ ਕੈਸਾ ਕਿਹੜੀ ਫਿਲਮ ਦਾ ਸੀਨ ਆ ਕੋਈ ਅਮਦਾਦ ਕਰੋ ਅਮਦਾਦ ਤੇਰੀ ਕੀ ਕਰੀਏ ਹੈ ਆ ਵੇਖ ਆ ਤੇਰੇ ਪੱਟ 'ਚ ਮੋਰੀ ਹੋਈ ਆ ਐਡੀ ਹੁੰਦੀ ਹੈ ਮੋਰੀ ਲੈ ਵੇਖ ਨਹੀਂ ਤੇ ਲੱਤ ਟੁੱਟੀ ਚੱਪਣੀ ਟੁੱਟੀ ਓ ਯਾਰ ਆ ਚੱਪਣੀ ਆ ਚੱਪਣੀਆਂ ਗੋਲ ਹੁੰਦੀ ਆ ਤੂੰ ਇੰਜ ਲੱਤ ਤੋੜੀ ਬੈਠਾ ਨਹੀਂ ਤਰੇੜ ਆ ਤਰੇੜ ਜਿਹੜੀ ਆਈ ਆ ਆ ਤਰੇੜ ਆਈ ਆ ਹਾਂਜੀ ਅੱਧੀ ਇੰਚੀ ਦੀ ਤਰੇੜ ਉਹ ਤਰੇੜਾਂ ਤੇ ਮਕਾਨਾਂ ਤੇ ਦੇਖੀਆਂ ਨੇ ਮਕਾਨਾਂ ਤੇ ਏਡੀਆਂ ਏਡੀਆਂ ਵੱਡੀਆਂ ਆ ਜਾਂਦੀਆਂ ਹੁੰਦੀਆਂ ਓਏ ਉਹ ਮਕਾਨਾਂ ਤੇ ਆਉਂਦੀਆਂ ਵਾ ਉਹ ਤੇਰੀ ਮਕਾਨ ਆਵੇ ਕਿਹੜੇ ਕੰਮ ਤੂੰ ਕਰਨ ਡਏ ਆ ਤੂੰ ਕਿਹੜੇ ਓਏ ਯਾਰ ਇਹ ਕੀ ਸਾਨੂੰ ਦੱਸ ਰਿਹਾ ਤੇ ਚੱਲ ਉੱਠੇ ਤੋਂ ਨਿਕਲੋ ਜਾ ਮੇਰਾ ਵੀਰ ਓਏ ਪਖੰਡੀ ਨੇ ਮੰਗਣ ਵਾਲੇ ਹੁੰਦੇ ਪਖੰਡੀ ਆਹੋ ਇਹਨਾਂ ਨੇ ਬਹਾਨਾ ਹੀ ਬਣਾਉਣਾ ਵੇਖ ਤੇ ਸਹੀ ਕਹਿੰਦਾ ਮੇਰੇ ਦਿਲ 'ਚ ਸਰਾਖ ਆ ਤੇ ਇਧਰੋਂ ਵੇਖ ਐਕਸਰੇ 'ਚ ਸਰਾਖ ਆ ਏਦਾਂ ਹੁੰਦਾ ਵਾ ਇੱਧਰ ਵੀ ਇੱਕ ਸਰਾਖ ਕਰਾ ਕੇ ਨਾ ਤੇ ਐਨਕ ਬਣਾ ਲਾ ਇਹਦੀ ਆਹੋ ਉਹ ਮੇਰੀ ਇੱਕ ਮਿੰਟ ਗੱਲ ਸੁਣ ਭਾਈ ਆ ਜਿੱਦਾਂ ਤੂੰ ਦੱਸਣ ਡਿਆ ਨਾ ਵੀ ਆ ਮੋਰੀ ਹੋਈ ਆ ਤੇ ਆ ਲੱਤ ਟੁੱਟੀ ਹੋਈ ਆ ਇਹ ਇਸ ਤਰ੍ਹਾਂ ਕੋਈ ਡਾਕਟਰ ਵੀ ਨਹੀਂ ਮੰਨਦਾ ਅਸੀਂ ਤੇ ਆਮ ਬੰਦੇ ਆ ਹੋਰ ਤੇਰੇ ਕੋਲ ਯਾਰ ਇੰਜ ਹੁੰਦਾ ਯਾਰ ਤੂੰ ਵੇਖ ਤੇ ਸਹੀ ਅੰਦਾਜ਼ ਕਰੋ ਕਿਹੜੀ ਅੰਦਾਜ਼ ਤੇਰੀ ਕਰਦੀ ਹੈ ਹਸਪਤਾਲ ਗਿਆ ਸੀਗਾ ਅੱਛਾ ਉਹਨਾਂ ਨੇ ਮੰਗਿਆ 40 ਲੱਖ ਰੁਪਏ ਹੈ ਕਾਦਾ ਆਪਰੇਸ਼ਨਾਂ ਦਾ ਉਹ ਕਹਿੰਦੇ ਸਾਰੇ ਆਪਰੇਸ਼ਨ ਇੱਕੋ ਵਾਰੀ ਕਰ ਦੇਣੇ ਆ 40 ਲੱਖ ਰੁਪਏ ਹਾਂਜੀ ਹਾਂਜੀ ਤੇਰੇ ਤੇ ਲੱਗਣਾ ਹਾਂਜੀ ਤੇ ਉਹ ਮੈਨੂੰ ਦਿਓ ਅਸੀਂ ਤੁਸੀਂ ਸਾਨੂੰ ਭਾਏ ਨੂੰ ਮਾਫੀ ਦਿਓ ਆ 40 ਲੱਖ ਤੇਰਾ ਕੋਈ ਨਹੀਂ ਲੱਗਣਾ ਤੂੰ ਮੇਰੇ ਨਾਲ ਚੱਲ ਰੁਪਈਆ ਤੇਰਾ ਲੱਗਣਾ 500 ਉਹ ਵੀ ਮੈਂ ਲਾ ਦੇਵਾਂਗਾ ਆ ਤੇਰੇ ਸਰਾਖ ਬੰਦ ਆਉਣਗੇ ਇਹ ਐਕਸਰੇ ਜਿੰਨੇ ਕੀਤੇ ਨਾ ਉਹਨੇ ਸਹੀ ਨਹੀਂ ਕੀਤੇ ਭਾਏ ਨੇ ਐਕਸਰੇ ਕਾਦੇ ਵਾਸਤੇ ਕਰਾਈਦਾ ਬਈ ਪਤਾ ਲੱਗੇ ਵੀ ਦੁੱਖ ਕੀ ਆ ਅਗਰ ਦਿਲ 'ਚ ਮੋਰੀ ਹੋਵੇ ਆਏਗੀ ਐਕਸਰੇ 'ਚ ਨਾ ਦਿਲ ਦੇ ਵਿੱਚ ਮੋਰੀ ਹੋਵੇ ਹਾਂ ਆਈ ਨਹੀਂ ਉਹ ਭਾਈ ਐਸੇ ਮੋਰੀ ਵਾਸਤੇ ਤਾਂ ਐਕਸਰਾ ਕਰਾਇਆ ਸੀਗਾ ਕਿ ਯਾਰ ਪਤਾ ਲੱਗ ਜਾਵੇ ਕਿੱਥੇ ਮੋਰੀ ਆ ਤੇ ਹੁਣ ਜੇ ਐਕਸਰੇ 'ਚ ਮੋਰੀ ਨਾ ਹੋਵੇ ਤੇ ਮੈਂ ਉਹਨੂੰ ਪੈਸੇ ਦੇਣੇ ਸੀਗੇ ਉਹਨੂੰ ਐਕਸਰੇ ਵਾਲੇ ਨੂੰ ਕੀ ਕਹਿ ਰਿਹਾ ਯਾਰ ਐਕਸਰੇ ਦੇ ਵਿੱਚ ਆ ਜਿਹੜੀ ਹਾਂ ਹੁਣ ਲੱਤ ਅਗਰ ਮੇਰੀ ਟੁੱਟੀ ਹੋਈ ਹੈ ਜੇ ਲੱਤ ਟੁੱਟੀ ਦੀ ਤਰੇੜ ਨਾ ਨਜ਼ਰ ਆਵੇ ਤੇ ਇਹਦੇ 'ਚ ਐਕਸਰੇ 'ਚ ਨਾ ਹੁੰਦੀ ਤੇ ਮੈਂ ਪੈਸੇ ਕਾਹਦੇ ਵਾਸਤੇ ਦੇਣੇ ਸੀ ਯਾਰ ਗੱਲ ਤੇ ਤੂੰ ਲੇਕਿਨ ਇਦਾਂ ਤੇ ਅਸੀਂ ਕਿਸੇ ਦੇ ਵਿੱਚ ਕਦੀ ਵੇਖਿਆ ਹੀ ਨਹੀਂ ਯਾਰ ਆ ਦੇਖੋ ਆ ਕੀ ਇਹ ਹੁਣ ਕੀ ਕੱਢ ਲਈ ਮੈਂ ਚੱਲਿਆ ਸੀਗਾ ਰੇਮ ਯਾਰ ਖਾਂ ਹਾਂ ਸਟੇਸ਼ਨ ਤੇ ਗੱਡੀ ਸੀਗੀ ਲੇਟ ਬਾਬਾ ਦੇਰ ਤੇ ਉਹ ਮੈਂ ਬੈਂਚ ਨਹੀਂ ਹੁੰਦੇ ਜਿਹੜੇ ਸਟੇਸ਼ਨ ਵਾਲੇ ਫੱਟੀਆਂ ਲੱਗੀਆਂ ਹੁੰਦੀਆਂ ਇੰਤਜ਼ਾਰ ਜਿਹਦੇ ਤੇ ਕਰੀਦਾ ਇੰਤਜ਼ਾਰ ਕਰਦੇ ਫੱਟੀਆਂ ਹੁੰਦੀਆਂ ਨੇ ਆਹੋ ਮੈਂ ਫੱਟੀ ਤੇ ਇਦਾਂ ਬੈਠਾ ਰਿਹਾ ਤੋਂ ਫੱਟੀ ਕਿਤੇ ਮੇਰੇ ਖੁੱਬੀ ਹੈ ਅੱਛਾ ਤੇ ਆਹ ਮੇਰਾ ਲੱਕ ਦਾ ਫਿਰ ਲੱਕ ਦੀ ਹੱਡੀ ਟੁੱਟੀ ਹੈ ਇਹ ਤੇਰੇ ਵਜ਼ਨ ਦੇ ਨਾਲ ਹੀ ਹਾਂ ਤੇ ਤੈਨੂੰ ਪਤਾ ਨਹੀਂ ਲੱਗਾ ਵੀ ਆ ਤੇਰਾ ਇੰਨਾ ਭਾਰ ਪੈ ਓਏ ਆ ਵੀ ਸਰਾਖ ਹਾਂਜੀ ਇਹ ਆ ਲੈ ਇਹ ਹੱਡੀ ਲੱਕ ਦੀ ਹੈ ਨਾ ਲੱਕ ਵੱਡਾ ਸਾਰਾ ਹੁੰਦਾ ਨਾ ਬੰਦੇ ਦਾ ਯਾਰ ਇਹ ਕਿਹੜੀ ਆ ਲੈ ਯਾਰ ਜਿੰਨਾ ਤੂੰ ਪਾਟਾ ਵਾ ਤੂੰ ਚੱਲ ਮੈਂ ਤੈਨੂੰ ਵੈਲਡਿੰਗ ਵਾਲੇ ਕੋਲ ਲੈ ਕੇ ਜਾਵਾਂ ਆ ਬਿਹਤਰੀਨ ਹੱਲ ਆ ਉਹਨੇ ਨਾ ਉੱਤੇ ਉਹ ਜਿਹੜੀਆਂ ਨਾ ਉਹਦਾ ਇੱਕ ਗਾਰਡਰ ਉਹ ਜਿਹੜੇ ਟੀਆਰ ਗਾਰਡਰ ਦਾ ਟੋਟਾ ਰੱਖ ਕੇ ਉਹਨੇ ਵੈਲਡ ਕਰ ਦੇਣਾ ਤੇਰੇ ਸਰਾਖ ਬੰਦ ਹੋ ਜਾਣਗੇ ਬਿਲਕੁਲ ਠੀਕ ਆ 40 ਲੱਖ ਰੁਪਏ ਦਾ ਰੌਲਾ ਹੀ ਕੋਈ ਨਹੀਂ ਸਿਰਫ 300 ਰੁਪਏ ਦੇ ਵਿੱਚ ਤੇਰੇ ਸਰਾਖ ਬੰਦ ਹੋ ਜਾਣੇ ਇਹ ਆ ਕਿ 10 ਲੱਖ ਰੁਪਏ ਪਹਿਲੇ ਦੇਣਾ ਲੈ ਜਮ੍ਹਾਂ ਕਰਾਉਣਾ ਹਸਪਤਾਲ ਉਹ 10 ਲੱਖ ਕਿਹੜਾ ਇੱਥੇ ਜਿਹੜੇ ਗੇਟ ਗਰਿੱਲਾਂ ਬਣਾਉਂਦੇ ਆ ਉਹਦੀ ਗੱਲ ਕਰਨ ਡਿਆ ਆ ਉੱਤੇ ਰੱਖ ਕੇ ਨਾ ਇੱਦਾਂ ਉਹਨੇ ਪੰਚ ਤੇ ਉੱਤੇ ਰੱਖ ਕੇ ਤੇ ਉਹਨੇ ਬਿਲਡਿੰਗ ਦੀ ਲੇਅਰ ਲਾ ਦੇਣੀ ਆ ਬੜਾ ਸੋਹਣਾ ਠੀਕ ਐਸ ਚਿਰਾਗ ਜੋ ਤੇ ਭਵਾਂ ਤਕੜਾ ਚੂਹਾ ਲੰਘ ਜਾਵੇ ਵੇਖਦੇ ਸਹੀ ਆ ਰਿਹਾ ਕੀ ਇਹ ਬੜਾ ਝੰਡੀ ਟਾਈਪ ਸਰਾਖ ਹੋਇਆ ਹੈ ਪਿੱਛੇ ਵੀ ਕੋਈ ਸਰਾਖ ਵੀ ਤੂੰ ਚੰਗੇ ਸੋਹਣੇ ਕਰਾਏ ਕੀ ਕਰੀਏ ਅਸੀਂ ਅੰਦਾਜ਼ ਇਹਦੇ ਵਿੱਚ ਹੀ ਰੱਖ ਤੇ ਸਾਨੂੰ ਪਾਗਲ ਨਾ ਬਣਾ ਇਹਦੇ ਵਿੱਚ ਹੀ ਰੱਖ ਹਾਂ ਇੱਥੋਂ ਨਿਕਲ ਜਾ ਤੇਰੀ ਖੈਰ ਹੋਵੇ ਚੱਲ ਮੇਰਾ ਵੀਰ ਭਈਆ 100 ਮਿਲਣਾ ਹੀ ਲੈਣਾ ਤੇ ਠੀਕ ਆ ਨਹੀਂ ਤਾਂ ਤਿੱਤਰ ਹੋ ਜਾ ਬਿਲਕੁਲ ਠੀਕ ਹੈ ਚੱਲ ਇਹ ਤੂੰ ਸਾਨੂੰ ਕਿਹੜੇ ਸਰਾਖ ਵਿਖਾਉਣੇ ਆ ਦੱਸ ਯਾਰ ਤੂੰ ਇਹ ਗੱਲ ਕਰਨ ਵਾਲੀ ਆ ਦਵਾਈਆਂ ਕੀ ਆ ਸਾਰੀਆਂ ਦਵਾਈਆਂ ਦੇਖ ਲੈ ਲਿਖੀਆਂ ਦੇਖ ਕੀ ਨਾਂ ਕੀ ਹੈ ਤੇਰਾ ਕੀ ਲਿਖਿਆ ਹੈ ਇੱਥੇ ਇੱਥੇ ਤੇ ਲਿਖਿਆ ਮੁਹੰਮਦ ਫੀਜ਼ ਇਹ ਹੈ ਮੇਰਾ ਨਾਂ ਫੀਜ਼ ਅੱਛਾ ਫੀਜ਼ ਇਹਦਾ ਨਾਂ ਲਿਖਿਆ ਹੋਰ ਕਿਹੜੀਆਂ ਹੋਰ ਕੀ ਕੀ ਲਿਖਿਆ ਆ ਇੱਕ ਦੇਖੋ ਮੇਰੀ ਰਿਪੋਰਟ ਰਿਪੋਰਟਾਂ ਤੇਰੀਆਂ ਇੱਥੇ ਕੀ ਲਿਖਿਆ ਇੱਥੇ ਲਿਖਿਆ ਵਾ ਮੁਹੰਮਦ ਜ਼ਕੀ ਹਾਂ ਇਹ ਮੈਂ ਹੀ ਹਾਂ ਤੂੰ ਤੇ ਹਫੀਜ਼ ਆ ਮਰੀਜ਼ ਦਾ ਕੋਈ ਨਾਂ ਨਹੀਂ ਹੁੰਦਾ
ਮਰੀਜ਼ ਦਾ ਕੋਈ ਨਾਂ ਨਹੀਂ ਆ ਦੇਖੋ ਆ ਮੈਂ ਸਾਰੇ ਖੂਨ ਦੇ ਟੈਸਟ ਕਰਾਏ ਓਏ ਆ ਵੀ ਤੂੰ ਹੀ ਆ ਹਾਂ ਇਹ ਕੀ ਨਾਂ ਦੇਖ ਲਾ ਹਾਂ ਤੇਰੀ ਰਿਪੋਰਟ ਹੈ ਹਾਂ ਆ ਵੇਖੋ ਇੱਥੇ ਬਾਜੀ ਪ੍ਰਵੀਨ ਲਿਖਿਆ ਹੈ ਉਹ ਪ੍ਰਵੀਨ ਬਣ ਕੇ ਤੂੰ ਐਕਸਰਾ ਖਿਚਾਇਆ ਨਹੀਂ ਉਹ ਕਿਸ ਟਾਈਮ ਹੋ ਜਾਂਦਾ ਕਿਸੇ ਟਾਈਮ ਕੀ ਕਿਸੇ ਟਾਈਮ ਕੀ ਐਚਪੀ ਆ ਹੋਰ ਕੀ ਲਿਖਿਆ ਐਚਬੀ ਖੂਨ ਦੀ ਜ਼ਰੂਰਤ ਆ ਤੇ ਨਾਲ ਅੱਗੇ ਕੀ ਇਹ ਤਾਂ ਕੋਈ ਅਲਟਰਾਸਾਊਂਡ ਆ अल्ट्रासाउंड नहीं कराउंदे के किन्नी देर रह गई है जी बच्ची होएगी के बच्चा ओए आ भी तेरा ही है ओए अल्ट्रासाउंड वाली पर्चियां भी तेरियां बस अल्लाह दे घर च उम्मीद रखनी चाहिदी है ओए अल्लाह दे घर च उम्मीद ते रखनी चाहिदी आ पखंडिया जमाने दे आ अल्लाह दे घर ते उम्मीद होनी चाहिदी आ बाजी प्रवीण तेरा नाम दुवे दो तेरा नाम तेरे किन्ने क नाम आ ओए बैठो बैठो कोई ऐसी गल बैठी है गल केड़ी है थी कि बैठी की करिए तू सानू बेवकूफ बनाउंदा मामा औरतां वाली रिपोर्टां सानू दिखाई जांदे आ बच्ची बच्चा होण वाला ते पता नहीं किथों किथों कठियां कीतियां लत्तां चुक ले आया तू लत्त दी हड्डी टुटी है दिल च तेरे मोरी होई है अमदाद तेरी करदे आ हुण सानू इह नहीं पता लगण डिया कि पहले तेरे वास्ते दाई सदीए या किसे पहलवान को लजाइए या तेनू ऑपरेशन थिएटर लजाइए इह हुण सानू किदां पता लगेगा बैठो बैठो हैं बैठो अपने पा लिया नहीं बाजी प्रवीण तेरा नाम है बाजी प्रवीण तेरा नाम ठहर जा फिर की कर लगा फिर इंज रही होंगे ਕਿਤੇ ਭੈਣ ਭਰਾਵਾਂ ਦੇ ਮੱਥੇ ਲੱਗੀ ਹੈ ਨਾ ਤੇ ਇੰਜ ਆਈਦਾ ਹੈ ਓਏ ਮਰ ਜਾ ਕਿਤੇ ਓਏ ਚੱਲ ਓਏ ਜ਼ਮਾਨੇ ਦੇ ਆ ਖੋਤੇ ਆ ਪਤਾ ਨਹੀਂ ਕਿਹਦੀਆਂ ਰਿਪੋਰਟਾਂ ਚੱਕ ਕੇ ਲਿਆਇਆ ਤੇ ਆ ਮੇਰੀ ਆ ਤੇ ਆ ਫਲਾਣੇ ਦੀ ਆ ਤੇ ਢਿਮਕੜੇ ਦੀ ਆ ਪਤਾ ਨਹੀਂ ਕੀ ਉਹ ਮੇਰੀ ਗੱਲ ਸੁਣ ਇੱਕ ਮਿੰਟ ਕਰੋ ਅਮਦਾਦ ਕਿਹਦੀ ਕਾਦੀ ਤੇਰੀ ਅਮਦਾਦ ਤੇਰੀ ਕੀ ਕਰਾਂ ਅਮਦਾਦ ਤੇਰੀ ਅਮਦਾਦ ਨਹੀਂ ਤੇਰੇ ਨੂੰ ਤੇ ਕੁਝ ਹਲ ਕੀ ਕਹਿ ਕਿ ਇਹ ਕੀ ਕਰਨ ਡਿਆ ਉਹ ਤੂੰ ਉਹਦੀ ਕਰ ਨਾ ਕਰੋ ਤੇਰੀ ਅਮਦਾਦ ਕਰਨ ਡਿਆ ਤੈਨੂੰ ਗਾਲਾਂ ਕੱਢਣ ਡਿਆ ਮਾਵਾ ਭੈਣਾਂ ਦੀਆਂ ਉਹ ਚੱਲ ਚੱਲ ਭੱਜ ਇੱਥੋਂ ਗਾਲਾਂ ਕੱਢਣ ਡਿਆਂ ਤੂੰ ਇੱਥੇ ਆਪਣਾ ਬੁੜ ਬੁੜ ਕੀ ਕਰਨ ਡਿਆਂ ਤੂੰ ਜ਼ਮਾਨੇ ਦੇ ਆ ਬੇਵਕੂਫ ਇਨਸਾਨਾਂ ਉਹ ਵੇਖਦਾ ਪਹਿਲੇ ਕਿਸੇ ਨੂੰ ਤੂੰ ਮੰਗਣ ਨਿਕਲਿਆ ਤੂੰ ਪਹਿਲੇ ਕਿਸੇ ਨੂੰ ਪੜ੍ਹਾਈ ਲੈ ਕੇ ਕਿਹੜੀਆਂ ਕਿਹੜੀਆਂ ਰਿਪੋਰਟਾਂ ਮੈਂ ਲਈ ਫਿਰਦਾ ਇਦਾਂ ਘੂਰਦਾ ਕਿਹਨੂੰ ਉਹ ਜਾ ਆਪਣਾ ਕੰਮ ਕਰ ਜਾ ਕੇ ਕੀ ਹੈ ਉਹ ਕਿਹਨੂੰ ਘੂਰਨ ਡਿਆ ਮਜ਼ਾਕ ਸਮਝਣ ਡਿਆ ਇਸ ਗੱਲ ਨੂੰ ਤੈਨੂੰ ਕਿਹਾ ਕੱਖ ਨਹੀਂ ਤੇ ਤਾਂ ਕਰਕੇ ਚੱਲ ਜਾ ਕੰਮ ਕਰ ਜਾ ਕੇ ਨਹੀਂ ਨਹੀਂ ਸੁਣੀ ਜਾ ਗਾਲਾਂ ਉਹ ਗਾਲਾਂ ਦਾ ਮੈਂ ਤੈਨੂੰ ਤਰਜਮਾ ਹੁਣ ਬਾਅਦ ਚ ਦੱਸਣਾ ਤੈਨੂੰ ਕਿਹੜੀ ਕਿਹੜੀ ਗਾਲ ਕੱਢੀ ਹੈ ਹਲ ਉਹ ਮੇਰੀ ਇੱਕ ਮਿੰਟ ਓਏ ਇਹਨੂੰ ਸਮਝਾ ਇਹਨੂੰ ਕੁਝ ਮੈਂ ਕੀ ਸਮਝਾਵਾਂ ਮੈਂ ਜਾ ਕੰਮ ਜਾ ਕੰਮ